ਦੇਸ਼ ਵਿੱਚ ਹਰ ਵਰੇ ਵਾਤਾਵਰਣ ਕਾਰਨ ਹੋਣ ਵਾਲੇ ਨੁਕਸਾਨ ਵੱਧ ਰਹੇ ਨੇ 2021 ਵਿੱਚ ਦੇਸ਼ ਨੂੰ ਵਾਤਾਵਰਣ ਸੰਬੰਧੀ ਕਾਰਨਾਂ ਕਰਕੇ ਤਕਰੀਬਨ 50000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ਼ੈਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਦੇਸ਼ ਵਿੱਚ ਹੜ੍ਹ ਤੇ ਵਰਖਾ ਕਾਰਨ ਕਰਾਂ ਫਸਲਾਂ ਤੇ ਜਨਤਕ ਸਹੂਲਤਾਂ ਨੂੰ 2019 ਵਿੱਚ ਤਕਰੀਬਨ 15000 ਕਰੋੜ ਰੁਪਏ 2020 ਵਿੱਚ ਤਕਰੀਬਨ 21000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਅੰਕੜੇ ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਜਲ ਵੱਲੋਂ ਜਾਰੀ ਕੀਤੇ ਗਏ ਨੇ